ਸਤਿ ਸ਼੍ਰੀ ਅਕਾਲ ਦੋਸਤੋ ਫੁੱਲ ਆਫ ਪੋਜ਼ਿਟਿਵਿਟੀ ਦੇਖ ਰਹੇ ਹਾਂ ਵਿਧਾਨ ਸਭਾ ਦੀਆਂ ਚੋਣਾਂ ਨੇ ਨਤੀਜੇ ਕੀ ਹੋਣਗੇ ਉਹ ਤਾਂ ਲੋਕਾਂ ਤੇ ਹੈ ਕਿਉਂਕਿ ਲੋਕਤੰਤਰ ਹੈ ਲੋਕਾਂ ਵੱਲੋਂ ਲੋਕਾਂ ਦੀ ਰਾਇ ਜਾਣਨ ਲਈ ਪਹੁੰਚ ਜਾਂਦੇ ਆ ਅੱਜ ਸਰਦুলਗੜ ਹਲਕੇ ਦੇ ਪਿੰਡ ਤਲਵੰਡੀ ਅਕਲੀਆ ਪਹੁੰਚੇ ਆ ਇੱਥੇ ਬਜ਼ੁਰਗ ਵੀ ਬੈਠੇ ਨੌਜਵਾਨ ਵੀ ਬੈਠੇ ਹੀ ਗੱਲਬਾਤ ਕਰ ਲੈਣੇ ਆ ਕੀ ਨਾਮ ਆ ਬਾਈ ਜੀ ਗਗਨਦੀਪ ਸਿੰਘ ਜੀ ਗਗਨਦੀਪ ਜੀ ਵਿਧਾਨ ਸਭਾ ਦੀਆਂ ਚੋਣਾਂ ਨੇ ਕੀ ਲੱਗਦਾ ਇਸ ਵਾਰ ਫਿਰ ਕੀ ਬਣਾਉਣਾ ਅਸੀਂ ਤਾਂ ਬਦਲਾ ਚੋਣੇ ਆ ਜੀ ਅਸੀਂ ਮਤਲਬ ਆਮ ਆਦਮੀ ਪਾਰਟੀ ਦਾ ਸਪੋਰਟ ਕਰਦੇ ਆ ਆਮ ਆਦਮੀ ਪਾਰਟੀ ਕਿਉ ਹੋਰ ਹੋਰ ਵੀ ਪਾਰਟੀਆਂ ਨੇ ਬਹੁਤ ਸਾਰੀਆਂ ਪਾਰਟੀਆਂ ਲੜ ਰਹੀਆਂ ਅਸੀਂ ਵਰਤ ਕੇ ਦੇਖ ਲਈਏ ਅਕਾਲੀਆਂ ਨੂੰ ਵੀ ਵਰਤ ਲਿਆ ਕਾਂਸਤ ਨੂੰ ਵੀ ਵਰਤ ਲਿਆ ਹੁਣ ਤਾਂ ਅਸੀਂ ਦੇਖਿਆ ਬਿਲੋਂ ਦਿੱਲੀ ਚ ਬਹੁਤ ਵਧੀਆ ਕੰਮ ਕੀਤਾ ਗਿਆ ਜੀ ਰਿਵਾਲ ਨੇ ਅੱਛਾ ਬਦਲਾਈ ਚੋਣੇ ਸੀ ਹਮ ਦਿੱਲੀ ਦੇਖ ਕੇ ਆਏ ਹਾਂ ਤੁਸੀਂ ਹਾਂਜੀ ਬਿਲਕੁਲ ਦੇਖ ਕੇ ਆਏ ਹਾਂ ਕੀ ਕੁਝ ਕੀਤਾ ਸਕੂਲ ਬਹੁਤ ਵਧੀਆ ਕੀਤਾ ਜੀ ਹਾਂਜੀ ਤੇ ਆਪਣਾ ਇੱਕ ਮੋਹੱਲਾ ਕਲੀਨਿਕ ਬਣਾਇਆ ਗਿਆ ਉੱਥੇ ਜੀ ਅੱਛਾ ਸੇਤ ਸਹੂਲਤਾਂ ਵੀ ਹੈਗੀਆਂ ਨੇ ਤੇ ਮਤਲਬ ਰੋਜ਼ਗਾਰ ਵੀ ਦੇ ਰਹੇ ਆ ਉੱਥੇ ਇਹ ਲੱਗਦਾ ਫਿਰ ਇੱਥੇ ਵੀ ਮਿਲ ਜਾਣਗੇ ਬਾਅਦ ਚ ਬਿਲਕੁਲ ਜੀ ਹੈ ਬਿਲਕੁਲ ਜੀ ਇੰਨਾ ਭਰੋਸਾ ਕਿਵੇਂ ਆਸ ਰੱਖਣੀ ਜ਼ਰੂਰੀ ਹੈ ਜੀ ਆਸ ਤੇ ਦੁਨੀਆ ਟਿਕੀ ਪਈ ਹੈ ਅੱਛਾ ਆਸ ਤੇ ਦੁਨੀਆ ਕਾਇਮ ਆ ਬਾਬਾ ਜੀ ਤੁਸੀਂ ਦੱਸੋ ਕੀ ਕਹਿਣਾ ਹੈ ਮੈਂ ਤਾਂ ਇਹੀ ਚਾਹੁੰਦਾ ਕਿ ਆਮ ਪਾਰਟੀ ਆ ਜੂਗੀ ਅੱਛਾ ਆਊਗੀ ਬਹੁਤ ਕੰਮ ਕਰਾਊਗੀ ਬਹੁਤ ਦੇਖੀ ਜਾਂਦੇ ਆ ਯਾਨੀ ਕਿ ਟੈਲੀਵਿਜ਼ਨਾਂ 'ਚ ਹਰ ਟਾਈਮ ਅਸੀਂ ਨਹੀਂ ਕੀ ਟੈਲੀਵਿਜ਼ਨਾਂ ਤੇ ਨਿਰਧਾਰਤ ਆਪਾਂ ਆਪਣੀ ਸੋਚ ਕੀ ਹੈ ਯਾਨੀ ਕਿ ਆਪਣੀ ਸੋਚ ਤਾਂ ਇਹ ਹੈ ਵੀ ਆਮ ਪਾਰਟੀ ਆ ਜੇ ਤੁਸੀਂ ਕਹਿੰਦੇ ਟੈਲੀਵਿਜ਼ਨਾਂ ਤੇ ਆਉਂਦੇ ਆ ਤਾਂ ਕਰਾਂਗੇ ਨਹੀਂ ਟੈਲੀਵਿਜ਼ਨਾਂ ਤੇ ਨਹੀਂ ਜ ਸਾਡਾ ਪਹਿਲਾਂ ਕਿਹੜਾ ਹੋਰ ਐਸ ਕੁਝ ਅੱਛਾ ਅਸੀਂ ਦੇਖੀ ਜਾਂਦੇ ਆ ਸਾਨੂੰ 75 ਸਾਲ ਹੋ ਗਏ ਕਿੰਨਾ ਕੁ ਵਿਕਾਸ ਪਿੰਡ ਚ ਹੋਇਆ ਵਿਕਾਸ ਕੀ ਹੋਇਆ ਜੀ ਦੇਖੀ ਜਨ ਨੂੰ ਤੁਸੀਂ ਕਿਹੜਾ ਸੜਕਾਂ ਤੇ ਫਿਰਦੇ ਨਹੀਂ ਵੀ ਵਿਕਾਸ ਹੋਇਆ ਸਾਡੇ ਨਾ ਤਾਂ ਕੋਈ ਜਨਨ ਕਿ ਦਵਾਈ ਨੂੰ ਨਾ ਸਾਡੇ ਪੜ੍ਹਾਈ ਨੂੰ ਸਾਡੇ ਕੁਝ ਵੀ ਨਹੀਂ ਹੈਗਾ ਜੀ ਐਮਐਲਏ ਆਈ ਨਹੀਂ ਇੱਥੇ ਕਦੇ ਐਮਐਲਏ ਜੀ ਆਉਂਦੇ ਰਹਿੰਦੇ ਨਹੀਂ ਸਾਰੇ ਜੀ ਅੱਛਾ ਬਲਵਿੰਦਰ ਪੁੰਦੜ ਜੀ ਸੀਗੇ ਆਏ ਸੀਗੇ ਆਈ ਸੀਗੇ ਜੀ ਇੱਕ ਦਿਨ ਆਈ ਸੀ ਇੱਕ ਦਿਨ ਹਾਂ ਜੀ ਪੰਜ ਸਾਲਾਂ ਚ ਇੱਕ ਦਿਨ ਆਏ ਨਾ ਹੀ ਜੀ ਪਹਿਲਾਂ ਆਏ ਹੁਣ ਲੋਕ ਛੁਪ ਕੇ ਆਏ ਹੁਣ ਉਹ ਤਾਂ ਨਹੀਂ ਕਹਿ ਸਕਦੇ ਜਾਨੀ ਵੋਟਾਂ ਮੰਗਣੀਆਂ ਆਇਆ ਜੀ ਮਤਲਬ ਹੁਣ ਆਉਂਦੇ ਆ ਬਾਬਾ ਜੀ ਸਾਰੇ ਹੁਣ ਵਿੱਚ ਆਉਂਦੇ ਨੇ ਜੀ ਸਾਰੇ ਹਾਂ ਹਾਂ ਕੀ ਕਹਿੰਦੇ ਆ ਉਹ ਕੀ ਕਹਿੰਦੇ ਨੇ ਜੀ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਜੀ ਫਿਰ ਪਰ ਜਿਹੜੇ ਵੇੜੇ ਜਿਹੇ ਬੰਦੇ ਨੇ ਜਿਹੜੇ ਮੱਝਵੀ ਸਿੱਖ ਨਹੀਂ ਸਾਰੇ ਜੀ ਉਹਨਾਂ ਨੇ ਠੋਕ ਠੋਕ ਕੇ ਜਵਾਬ ਦਿੱਤੇ ਨੇ ਜੀ ਵਿੱਚ ਬੁੜੀਆਂ ਨੇ ਜੀ ਕੀ ਕੀ ਕਹਿੰਦੇ ਨੇ ਉਹ ਉਹ ਕਹਿੰਦੀ ਸੀ ਵੀ ਤੁਸੀਂ ਸਾਡਾ ਕੀ ਕੀਤਾ ਕੀ ਵਿਕਾਸ ਕੀਤਾ ਸਾਨੂੰ ਇਹ ਵੀ ਦੱਸੋ ਥੋੜਾ ਬਹੁਤ ਹਾਂ ਮੈਨੂੰ 45 ਸਾਲ ਹੋ ਗਏ ਜੀ ਅੱਛਾ ਵੋਟਾਂ ਪਾਉਂਦੇ ਨੂੰ ਹੂੰ ਹੂੰ 50 ਭੁੰਦਰ ਸਾਹਿਬ ਉਹ ਤੋਂ ਪਹਿਲੀ ਵਾਰ ਖੜੇ ਹੋਏ ਸੀ 19 ਸਾਲ ਦੇ ਸੀ ਉਹਦੋਂ ਜਦੋਂ ਅਸੀਂ ਵੋਟਾਂ ਪਾਉਣੇ 13 ਸਾਲ ਉਹਨਾਂ ਨੂੰ ਵੋਟਾਂ ਪਾਈਆਂ ਜੀ 13 ਸਾਲ ਇੱਕੋ ਪਾਰਟੀ ਨੂੰ ਵੋਟ ਪਾਈ ਹੈ ਉਹ ਪਾਰਟੀ ਨੂੰ ਪਾਈਆਂ ਜੀ ਉਸ ਤੋਂ ਬਾਅਦ ਅਸੀਂ ਜਣੀ ਦੂਜੀਆ ਪਾਰਟੀ ਨੂੰ ਕਾਂਗਰਸ ਨੂੰ ਪਾਈਆਂ ਜੀ ਹੁਣ ਉਸ ਤੋਂ ਬਾਅਦ अच्छा। फिर, अच्छा फिर अकेली ਤੋਂ ਕਾਂਗਰਸ ਕਿਉਂ ਹੋਇਆ ਉਦੋਂ ਕੀ ਬਦਲਾ ਸੀਗਾ ਉਹ ਬਦਲਾ ਸੀ ਜੀ ਵੀ ਉਹਨਾਂ ਨੇ ਜਦੋਂ ਨਹੀਂ ਵਿਕਾਸ ਕੀਤੇ ਜੋ ਕੰਮ ਕੀਤੇ ਜੀ ਅੱਛਾ ਫਿਰ ਅਸੀਂ ਕਾਂਗਰਸ ਬਦਲੀ ਜੀ ਕਾਂਗਰਸ ਫਿਰ ਰਾਜੇ ਨੇ ਜਣੀ ਜਿਹੜਾ ਰਮੇਂਦਰ ਰਾਜਾ ਸੀ ਇਹਨੂੰ ਗੁਟਕੇ ਦੀ ਸੌਂ ਖਾਧੀ ਜਿੱਥੇ ਸਾਡੇ ਦੌਂਦਾਂ ਨਾਲ ਸਭ ਨਜ਼ਦੀਕੀ ਤਰਵੰਡੀ ਸਾਬੋ ਕੀ ਜੀ ਉਹ ਉਸ ਦੇ ਉੱਤੇ ਪੂਰਾ ਨਹੀਂ ਜੁੱਤਰਿਆ ਹੈ ਸਾਨੂੰ ਹੁਣ ਬਦਲਾ ਚਾਹੀਦਾ ਹੈ ਅਸੀਂ ਤਾਂ ਇਹੀ ਚਾਹੁੰਦੇ ਫਿਰ ਬਦਲਾ ਕੀ ਲੈ ਕੇ ਆਉਂਗੇ ਬਦਲਾ ਤਾਂ ਲੈ ਕੇ ਆਉਣਗੇ ਜੋ ਸਾਨੂੰ ਭਗਵੰਤ ਮਾਨ ਦੇਊਗਾ ਅੱਛਾ ਜਾਂ ਦਿੱਲੀ ਵਾਲਾ ਕੇਜਰੀਵਾਲ ਜੀ ਕਹਿੰਦੇ ਉਸ ਦੇ ਆਪ ਦੇ ਨੁਕਤੇਆਂ ਤੇ ਉੱਤੇ ਜਿਹੜੀ ਸਾਨੂੰ ਦੇਣਗੇ ਜੀ ਉਸੇ ਉਹਨੇ ਵੀ ਨਾ ਦਿੱਤੇ ਫੇਰ ਔਰ ਨਾ ਕਿਉਂ ਨਾ ਤੇ ਸਾਡੇ ਦਿਲਾਂ ਤੋਂ ਠੋਕ ਕੇ ਸਾਨੂੰ ਠੀਕ ਦਿਲ ਸਾਡਾ ਕਹਿ ਰਿਹਾ ਵੀ ਕਰੂਗਾ ਜੀ। ਕੀ ਬਾਤ ਹੈ ਬਾਬੇ ਦਾ ਦਿਲ ਕਹਿੰਦਾ ਵੀ ਕੁਝ ਨਾ ਕੁਝ ਤਾਂ ਹੋਊਗਾ ਕੁਝ ਨਵਾਂ ਤੁਸੀਂ ਦੱਸੋ ਬਾਈ ਜੀ ਕੀ ਕਹਿੰਦੇ ਸਾਡਾ ਤਾਂ ਜੀ ਕਹਿਣਾ ਰਹੀ ਹੈ ਵੀ ਜਿਹੜਾ ਅਸੀਂ ਮਤਲਬ ਪਿਛਲੇ ਸਮੇਂ ਤੋਂ ਦਾਦੇ ਪਰਦਾਦੇ ਸਾਡੇ ਫਾਦਰ ਸਾਹਿਬ ਅੰਕਲ ਮੈਂ ਅਸੀਂ ਕਾਲੀ ਤਲ ਨਾਲ ਜੁੜੇ ਹੋਏ ਸੀ ਠੀਕ ਹੈ ਹਾਂ ਜੀ ਦੇ ਹੁਣ ਜੀ ਜਿਹੜੀ ਸਾਡੇ ਬੱਚਿਆਂ ਦੀ ਸੋਚ ਹੈ ਨਾ ਉਹ ਹੁਣ ਅਸੀਂ ਪਹਿਲਾਂ ਤਾਂ ਉਹਨੂੰ ਪੜਾਇਆ ਲਿਖਾਇਆ ਹੁਣ ਉਹ ਆਈਲੈਸ ਕਰਾਏ 20 ਲੱਖ ਰੁਪਈਆ ਲੱਗਦਾ ਹੈ ਇੱਥੇ ਰੋਜ਼ਗਾਰ ਕੋਈ ਮੌਕਾ ਹੈ ਨਹੀਂ ਅਸੀਂ ਤਾਂ ਛੋਟੇ-ਮੋਟੇ ਡੇਰੀ ਦਾੰਦਾ ਦੁੱਧ ਦਾ ਤਾਂ ਹੁੰਦਾ ਸੀ ਕਰ ਲੈਨੇ ਆ ਪਰ ਸਾਡੇ ਬੱਚੇ ਉਹਨੂੰ ਕਰਨਾ ਚੰਗਾ ਨਹੀਂ ਸਮਝਦੇ ਉਹਨੂੰ ਸ਼ਰਮ ਸਮਝਦੇ ਨੇ ਕੰਮ ਦੀ ਉਹਨੂੰ ਹੁਣ ਮਤਲਬ ਅਸੀਂ 20 ਲੱਖ ਅੱਜ ਕਿੱਥੋਂ ਛੋਟੇ ਜ਼ਿਮੀਂਦਾਰ ਕੋਲੇ ਕਿੱਥੇ 20 ਲੱਖ ਹੈਗਾ ਉਹ ਕੀ ਕਰੂਗਾ ਗੜੀ ਜਾਇਆ ਤੇ ਵੇਚੂਗਾ ਸਾਡੇ ਦਾਦੇ ਪਰਦਾਦੇ ਨੇ ਕਨਾਲਾਂ ਦੋ ਦੋ ਕਨਾਲਾਂ ਕਰਕੇ ਵੇ ਲੈ ਗਏ ਅਸੀਂ ਵੇਚ ਵੀ ਨਹੀਂ ਸਕਦੇ ਹਾਂ ਵੇਚਾਂਗੇ ਵੀ ਕਿਵੇਂ ਬੱਚੇ ਕਹਿੰਦੇ ਵੀ ਅਸੀਂ ਤੇ ਡੇਢੀ ਬਾਹਰ ਜਾਣਾ ਜ਼ਮੀਨ ਵੇਚ ਦਿਓ ਜ਼ਮੀਨ ਵੇਚਣੀ ਸਾਨੂੰ ਔਖੀ ਲੱਗਦੀ ਹੈ ਹੁਣ ਬੱਚਿਆਂ ਦਾ ਕਹਿਣ ਤੋਂ ਭਾਵੇਂ ਇਹ ਵੀ ਜੋ ਤੀਜੀ ਪਾਰਟੀ ਹੈ ਅੱਛਾ ਆਮ ਪਾਰਟੀ ਹੈ ਬੰਦੇ ਨੇ ਬਣਾਈ ਹੈ ਵੀ ਕੀ ਇਹ ਉਹ ਕੋਈ ਸਾਨੂੰ ਬਾਹਰ ਲਈ ਮੁਰਖ ਵਰਗਾ ਸਿਸਟਮ ਲਿਆ ਦੇ ਸਾਨੂੰ ਬਾਹਰ ਨਾ ਜਾਣਾ ਪਵੇ ਤਾਂ ਬੱਚਿਆਂ ਦੇ ਕਹਿਣ ਤੇ ਸਾਨੂੰ ਵੀ ਲੱਗਦਾ ਵੀ ਕੋਈ ਜਦੋਂ ਇੰਨੀ ਸੱਚੀ ਸੁੱਚੀ ਪਾਰਟੀ ਹੈ ਕਿ ਜਿਹੜੀ ਵਾਲ ਨੇ ਦਿੱਲੀ ਦੇ ਵਿੱਚ ਕੰਮ ਕਰਿਆ ਵੀ ਕੀ ਹੈ ਪੰਜਾਬ ਦੇ ਵਿੱਚ ਵੀ ਕਰਨ ਹੁਣ ਸਾਡੇਆਂ ਸਾਰਿਆਂ ਦੇ ਇਹੀ ਹੈ ਵੀ ਅਸੀਂ ਬਦਲਾਅ ਕਰਨਾ ਚਾਹੁੰਦੇ ਹਾਂ ਸਾਰੇ ਪਿੰਡ ਦੇ ਹੀ ਹੈ ਸਾਰੇ ਪਿੰਡ ਦੇ ਹੀ ਹੈ ਮਤਲਬ ਮੇਰਾ ਵੀ ਹੈ ਸਾਰੇ ਪਿੰਡ ਦਾ ਵੀ ਹੈ ਵੀ ਹਰ ਇੱਕ ਦਾ ਹੀ ਹੈ ਵੀ ਹਰ ਇੱਕ ਉਤੋਂ ਬੇਸ਼ੱਕ ਕਿਸੇ ਪਾਰਟੀ ਨਾਲ ਜੁੜਿਆ ਹੋ ਪਰ ਵਿੱਚੋਂ ਉਹਨਾਂ ਦੀ ਜਿਹੜੀ ਉਹਨਾਂ ਦੀ ਆਵਾਜ਼ ਹੈ ਨਾ ਵੀ ਜਿਹੜਾ ਸਾਡੇ ਬੱਚਿਆਂ ਦਾ ਭੁੱਖ ਬਚ ਸਕੇ ਉਹ ਕਿਵੇਂ ਬਚੂਗਾ ਕੀਤ ਤੋਂ ਤੋਂ ਪਾਰਟੀਆਂ ਨਾਲ ਜੁੜੇ ਤੋਂ ਤੋਂ ਸਾਰੇ ਪਾਰਟੀਆਂ ਇਹਦਾ ਧੋਖਾ ਹੋ ਗਿਆ ਨਹੀਂ ਜੀ ਧੋਖਾ ਕਹਿ ਲਓ ਤੁਸੀਂ ਕਿਵੇਂ ਵੀ ਕਹਿ ਲਓ ਧੋਖਾ ਛੱਡਦੇ ਨੇ ਲੀਡਰ ਵੀ ਕਰਦੇ ਨੇ ਅੱਛਾ ਐਨੇ ਸਾਲ ਕਰਿਆ ਅਦਲੇ ਨੂੰ ਬਦਲਾ ਅਦਲੇ ਨੂੰ ਬਦਲਾ ਜੀ ਇੱਕ ਇੱਕ ਵਾਰੀ ਅਸੀਂ ਕਰ ਲਾਂਗੇ ਤਾਂ ਕੀ ਹੋ ਜੂਗਾ ਅੱਛਾ ਵੀ ਹੁਣ ਤੱਕ ਉਹਨਾਂ ਨੇ ਕੀਤਾ ਅਸੀਂ ਉਹਨਾਂ ਨੇ ਕਰਿਆ ਜੇ ਨਾ ਵੀ ਕੁਝ ਹੋਇਆ ਤਾਂ ਫਿਰ ਅਸੀਂ ਤਾਂ ਜਿੱਥੇ ਹੈਗੇ ਆ ਉੱਥੇ ਸਾਹਮਣੇ ਤਾਂ ਹੈਗੇ ਆ ਪਰ ਜਿਹੜੀ ਇਹ ਲੋਕ ਲਹਿਰ ਹੈ ਨਾ ਇਹ ਹੜ ਮੰਗੂ ਆਉਂਦੀ ਇਹਨੂੰ ਰੋਕਿਆ ਨਹੀਂ ਜਾ ਸਕਦਾ ਕਿ ਪਿਛਲੇ ਸਮੇਂ ਦੇ ਵਿੱਚ ਵੀ ਹੋਈ ਮੈਂ ਤਾਂ ਉਹ ਤੋਂ ਪੜਦਾ ਸੀ ਮੇਰੀ ਵੋਟ ਵੀ ਨਹੀਂ ਬਣੀ ਸੀ ਜਦੋਂ ਸਿਮਰਜੀਤ ਮਾਨ ਦੇ 13 ਐਮਪੀ ਚ ਤੇ 33 ਸੀ ਲੋਕਾਂ ਨੇ ਮੇਰੀ ਵੋਟ ਆਪਦੀ ਬਣੀ ਨਹੀਂ ਸੀ ਪਰ ਉਹ ਲੋਕ ਲਹਿਰ ਸੀਗੀ ਪਾਰਟੀਆਂ ਤੋਂ ਉਦੋਂ ਵੀ ਸੀਗੀਆਂ ਉਦੋਂ ਬਾਅਦ ਫੇਰ ਕਾਇਮ ਹੋ ਗਈਆਂ ਪਾਰਟੀਆਂ ਇਹ ਜਿਹੜੀ ਅੱਜ ਦੀ ਲੋਕ ਲਹਿਰ ਇਹਨੂੰ ਰੋਕਿਆ ਨਹੀਂ ਜਾ ਸਕਦਾ ਹੜਮੰਗੂ ਆ ਰਹੀ ਹੈ ਅੱਛਾ ਬਾਬਾ ਜੀ ਕਿਸਾਨਾਂ ਦੀ ਵੀ ਪਾਰਟੀ ਹੈ ਫਿਰ ਉਹਨਾਂ ਨੂੰ ਵੋਟ ਕਿਉਂ ਨਹੀਂ ਕਿਨੂ ਜੀ ਕਿਸਾਨਾਂ ਨੇ ਵੀ ਪਾਰਟੀ ਬਣਾਈ ਹੈ ਸੰਯੁਕਤ ਸਮਾਜ ਮੋਰਚਾ ਨਹੀਂ ਜੀ ਉਹਨਾਂ ਨੂੰ ਜੇ ਉਹ ਆਪ ਦੇ ਆਪ ਜਿਵੇਂ ਉਨਾਂ ਨੇ ਪਾਰਟੀ ਨੇ ਕਹਿ ਰ ਸੀ ਕਿਸਾਨ ਮੋਰਚੇ ਨੇ ਵੀ ਆਪਾਂ ਇਹ ਚ ਨਹੀਂ ਆਉਣਾ ਹੈ ਅੱਛਾ ਉਹ ਆਪਦੇ ਆਪ ਹੁਣ ਮੰਨ ਕੇ ਚਲੋ ਜੀ ਆਪ ਬੋਟ ਲੈਂਦੇ ਮਾਰੇ ਆਪਾਂ ਵੀ ਜਿਹੜੇ ਇਹ ਆਪਣਾ ਜੂਨੀਅਨ ਵਾਲੇ ਸੀਗੇ ਇਹਨਾਂ ਨੇ ਕਿਹਾ ਸੀ ਵੀ ਆਪਾਂ ਛੇਸੀ ਚ ਵੜਨਾ ਨਹੀਂਗਾ ਅੱਛਾ ਹਾਂ ਉਹ ਤਾਂ ਕਹਿੰਦੇ ਵੀ ਅਸੀਂ ਹੁਣ ਸਿਆਸਤ ਚ ਆਏ ਆ ਲੋਕਾਂ ਦਾ ਭਲਾ ਕਰਾਂਗੇ ਨਹੀਂ ਭਲਾ ਨਹੀਂ ਕਰ ਸਕਦੇ ਅੱਛਾ ਨਹੀਂ ਕਰ ਸਕਦੇ ਬਾਬਾ ਜੀ ਤੁਹਾਡਾ ਕੀ ਕਹਿਣਾ ਇਸ ਤੇ ਇਹ ਤਾਂ ਬਦਲਾ ਹੀ ਭਾਰਦੇ ਬਦਲਾ ਕਿਵੇਂ ਆਊਗਾ ਬਦਲਾ ਆਮ ਪਾਰਟੀ ਆਮ ਆਦਮੀ ਪਾਰਟੀ ਕਿਵੇਂ ਲੈ ਕੇ ਆਊ ਬਦਲਾ ਤੁਹਾਨੂੰ ਕਿਵੇਂ ਲੱਗਦਾ ਪਾਵਾਂਗੇ ਫੇਰੀ ਆਊ ਵੋਟਾਂ ਬਦਲਾ ਕਿਵੇਂ ਲੈ ਕੇ ਆਊਗੀ ਬਦਲਾ ਜਦੋਂ ਵੋਟਾਂ ਬਾਤੀਆਂ ਆਪ ਹੀ ਬਦਲ ਜੂ ਅੱਛਾ ਕੀ ਕੁਝ ਬਦਲੂਗਾ ਫਿਰ ਉਹ ਤੋਂ ਸਭ ਕੁਝ ਹੀ ਬਦਲ ਜੂ ਜਿਹੜਾ ਆਖੀ ਜਾਂਦੇ ਆ ਮੁੰਡੇ ਅੱਛਾ ਮੁੰਡੇ ਆਖਦੇ ਤੁਹਾਨੂੰ ਨਹੀਂ ਪਤਾ ਮੈਨੂੰ ਵੀ ਆ ਤਾਂ ਨੂੰ ਹੀ ਬੋਲਦੇ ਆ ਬਾਬੇ ਜੀ ਪੂਰੇ ਖੁਸ਼ ਤੁਸੀਂ ਦੱਸੋ ਵੀ ਕੀ ਕਹਿਣਾ ਵਿਧਾਨ ਸਭਾ ਦੀਆਂ ਚੋਣਾਂ ਇਸ ਵਾਰ ਕੀ ਲੱਗਦਾ ਤੁਸੀਂ ਬਦਲਾ ਚਾਹੁੰਦੇ ਜੀ ਹੈ ਬਦਲਾ ਚਾਹੁੰਦੇ ਆ ਇਹ ਸਾਰਾ ਪਿੰਡ ਮਥੀ ਬੈਠਾ ਵੀ ਬਦਲਾਈ ਚਾਹੁੰਦੇ ਕੋਈ ਮਥੀ ਨਹੀਂ ਬੈਠਾ ਰੂਟੀਨ ਚ ਅਸੀਂ ਬੈੰਨੇ ਇੱਥੇ 70 ਸਾਲ ਕੋ ਵੋਟਾਂ ਪਾਉਨ ਕੱਲੇ ਉਹਨੂੰ ਪਾਲਿਆ ਕਾਂਗਰਸ ਨੂੰ ਪਾਲ ਨਹੀਂ ਕਿਸੇ ਦੀ ਦਬਸ਼ ਨਹੀਂ ਕਿਵੇਂ ਜੀ ਕੋਈ ਕਿਸੇ ਦੀ ਮਾਰ ਨਹੀਂ ਕਿਸੇ ਦੀ ਦਬਸ਼ ਨਹੀਂ ਅੱਛਾ ਅਸੀਂ ਆਪਦੇ ਮਨੋਕਰ ਔਕੇ ਹੋਏ ਆਖਦੇ ਆ ਮੇਹਮਾਨ ਕਹਿੰਦੇ ਚਲੋ ਜੀ ਸਾਨੂੰ ਕਿਸੇ ਦੀ ਮਾਰ ਹੈ ਜਾਂ ਕੋਈ ਹੈਗੇ ਦਬਚਾ ਅਸੀਂ ਉਹਨਾਂ ਨਾਲ ਰਹਿਆ ਉਹ ਤਾਂ ਜੇ ਸੌ ਖਾ ਕੇ ਕਿਤੇ ਉੱਧਰ ਹੋ ਜਾਂਦੇ ਕਿਤੇ ਉੱਧਰ ਹੋ ਜਾਂਦੇ ਅਸੀਂ ਉੱਥੇ ਹੀ ਖੜੇ ਹਾਂ ਇੱਥੇ ਡੇਲੀ ਬੈੰਨੇ ਹੋ ਤੁਸੀਂ ਫਿਰ ਡੇਲੀ ਡੇਲੀ ਬੈੰਨੇ ਡੇਲੀ ਬੈੰਨੇ ਕਿ ਅੱਜ ਹੀ ਬੈਠੇ ਹਾਂ। ਨਾ ਦਿੱਲੀ ਬੈਨਾਂ ਦਿੱਲੀ ਜੀ। ਅੱਛਾ ਅੱਜ ਅੱਜ ਮਿਲ ਗਏ ਤੇ ਤੁਹਾਡੀ رائے ਜਾਣੀ ਐ। ਤੁਸੀਂ ਦੱਸੋ ਬਾਬਾ ਜੀ ਕੀ ਚਾਹੁੰਦੇ? ਅੱਜ ਇਹ ਚਾਹੁੰਦੇ ਆ ਜੀ ਵੀ ਦਿੱਲੀ ਅਸੀਂ ਹੂੰ 2 ਸਾਲੇ ਬੈਠੇ ਰਹੇ ਹਾਂ। ਹੂੰ ਹੂੰ ਤਪੜਾਂ ਤੇ ਪਣਾ ਜਾ ਕੇ ਤੇ ਸਾਨੂੰ ਉਹਨਾਂ ਵੱਧਾ ਹੀ ਨਹੀਂ ਸਮਝ ਆ। ਹੂੰ ਹੂੰ ਆਪਲੀ ਡਰਾਂਦਰ ਬੈਠੇ ਰਹੇ ਨਾ। ਕੀ ਗੱਲ ਲੀਡਰ ਉਸੇ ਜਾ ਨਹੀਂ ਸਕਦੇ ਸੀ? ਉਵੇਂ ਜਾ ਕੇ ਕੁਝ ਬੋਲ ਦੇ। ਸੁੱਖ ਤਾ ਸੁਣਦੇ। ਸਾਰੇ ਲੀਡਰ ਬੈਠੇ ਸੀ। ਉਹ ਸਾਰੇ ਹੀ ਬੈਠੇ ਸੀਗੇ? ਨਹੀਂ ਜੀ। ਉਹਨਾਂ ਨੇ ਕੋਈ ਦੁੱਖ ਸੁੱਖ ਨਹੀਂ ਸੁਣਿਆ। ਕੋਈ ਕੋਈ ਨਹੀਂ ਗਿਆ। अच्छा ये रे बंदा मर जांदा ਸੀ ਵਿਚਾਰਾਂ ਦਾ ਉਥੇ ਦਿੱਲੀ ਉਹ ਵੀ ਸਾਡੇ ਖੇਸਾਂ ਆ ਕੇ ਸੈਨਦੇ ਸੀ ਕਾਂਗਰਸ ਪਾਰਟੀ ਕਹਿੰਦੀ ਅਸੀਂ ਤਾਂ ਨੌਕਰੀਆਂ ਦਿੱਤੀਆਂ ਸਾਰੇ ਪਰਿਵਾਰਾਂ ਨੂੰ ਜਿਹੜੇ ਹਾਂ ਜੀ ਸਾਡੇ ਪਿੰਡਾਂ ਦੇ ਬਾਹਰ ਕੱਢ ਕੇ ਕਹੇ ਕਿਹੜੇ ਨੂੰ ਨੌਕਰੀ ਦਿੱਤੀ ਹੈ ਉਹ ਕਹਿੰਦੇ ਵੀ ਸ਼ਹੀਦ ਜਿਹੜੇ ਕਿਸਾਨ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨਾਲ ਪਰਾਂ ਦਾ ਦੇਣੀ ਸੀ ਜਿਹੜਾ ਮਰੇ ਨੇ ਤੇ ਗੱਲ ਕਰ ਵੀ ਉਹ ਤਾਂ ਨਹੀਂ ਦਿੱਤੀ ਨੌਕਰੀ ਕਿਸੇ ਨੂੰ اچھا ਮੁੰਡੇ ਪੜੇ ਲਿਖੇ ਫਿਰਦੇ ਨੇ ਭਾਗ ਆਪਦੇ ਲੋਕ ਕੀ ਚਾਹੁੰਦੇ ਨੇ ਪੰਜਾਬ ਦੇ ਲੋਕ ਤਾਂ ਹੁਣ ਇਹੀ ਚਾਹੁੰਦੇ ਨੇ ਕਿ ਕਿਹੜਾ ਬਦਲਾਅ ਕਰੋ ਇਹਨਾਂ ਦਾ 5 ਸਾਲ ਦੇਖਾਂਗੇ ਇਹਨਾਂ ਨੂੰ ਨਹੀਂ ਫਿਰ ਹੋਰ ਆ ਜੂ ਕੋਈ ਨਹੀਂ ਫੇਰ ਬਦਲਾ ਲੈ ਕਿਉਂਗੇ ਹਾਂ ਫੇਰ ਅੱਛਾ ਬਾਬਾ ਕਿੰਨਾ ਸਮਾਂ ਹੋ ਗਿਆ ਬੂਟਾ ਪਾਉਂਦੇ ਮੈਂ ਬੁੜੇ ਹੋ ਗਏ ਪਾਉਂਦੇ ਪਾਉਂਦੇ ਅੱਛਾ ਤੇ ਨਿਕਲਿਆ ਕੁਛ ਨਿਕਲਿਆ ਤਾਂ ਕੁਛ ਵੀ ਨਹੀਂ ਖਾਲੀ ਰਹਉਂਦਾ ਖਾਲੀ ਰਹਉਂਦਾ ਹੈ ਖਾਲੀ ਰਹਉਂਦਾ ਹੈ ਖਾਲੀ ਰਹਉਂਦਾ ਇਸ ਵਾਰ ਰੌਂਦ ਕੀ ਕਰੂਗਾ ਇਸ ਕੀ ਰੌਂਦ ਕੀ ਹੈ ਚੱਲ ਜੇ ਸਹੀ ਇਸ ਵਾਰ ਚੱਲੂਗਾ ਚੱਲਣ ਦੀ ਉਮੀਦ ਹੈ ਹੈ ਮੇਰਾ ਹੈ ਤੇ ਫੇਰ ਤੁਸੀਂ ਨਹੀਂ ਚਲਾਉਣਾ ਅਸੀਂ ਤਾਂ ਚਲਾਵਾਂਗੇ ਜਦੋਂ ਸਾਡੇ ਸਾਡੇ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੀ ਸਫਾਈ ਹੋ ਗਈ ਇਸ ਵਾਰ ਅੱਛਾ ਪੰਜਾਬ ਦੀ ਸਫਾਈ ਬਾਈ ਜੀ ਤੁਹਾਡਾ ਕੀ ਕਹਿਣਾ ਇਸ ਤੇ ਸਾਡਾ ਵੀ ਇਹੀ ਕਹਿਣਾ ਜੀ ਮੰਨ ਕੇ ਬਹੁਤ ਇਸ ਚਿਹੜਾਂ ਕਰ ਲਿਆ ਨਾ ਦੋਨੇ ਪਾਰਟੀਆਂ ਨੇ ਸਾਨੂੰ ਉਹ ਚਿਹੜਾਂ ਤੋਂ ਮਤਲਬ ਲੋਕ ਜਾਣੂ ਹੋ ਚੁੱਕੇ ਅੱਛਾ ਜਿਵੇਂ ਹੁਣ ਸਾਡੀ ਆ ਰੇਲਵੇ ਲਾਈਨ ਨਿਕਲੀ ਪਹਿਲਾਂ ਤਾਂ ਇਹਨਾਂ ਨੇ ਇਹ ਨਹੀਂ ਗੱਲ ਆਖੀ ਵੀ ਕਿਸੇ ਨੂੰ ਉਹ ਨਹੀਂ ਮਿਲਦਾ ਇਹਨਾਂ ਨੇ ਇਹ ਵੀ ਆਖਿਆ ਵੀ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਜਾੜਾ ਪਤਾ ਦਿੱਤਾ ਜਾ ਪਰਿਵਾਰਾਂ ਨੇ ਮਰਲਾ ਮਰਲਾ ਦੋ ਦੋ ਮਰਲੇ ਜ਼ਮੀਨਾਂ ਕਰਾਈਆਂ ਖਰਚੇ ਕਰੇ ਉਨਰ ਹਿਸਟਰੀਆਂ ਵਗੈਰਾ ਤੇ ਤੇ ਪਿੱਛੋ ਕੰਪਨੀ ਕਹਿੰਦੀ ਅਸੀਂ ਸਾਰਾ ਨੂੰ ਉਹ ਦਿੱਤਿਆਗਾ 2-2 ਲੱਖ ਰੁਪਈਆ ਜਾਂ ਮਤਲਬ ਨੌਕਰੀ ਲੈਣਾ ਚਾਹੁੰਦਾ ਸੀਗਾ ਇਹ ਲੀਡਰੀ ਲੈ ਕੇ ਸਾਰਾ ਜਿਹਾ ਕੇ ਕਿਸੇ ਨੂੰ ਇੱਕ ਠਿਆਨੀ ਵੀ ਨਹੀਂ ਦਿੱਤੀ ਉਹ ਤਾਂ ਕਹਿੰਦੇ ਅਸੀਂ ਆਪਦੇ ਕੋਲੇ ਕੁਝ ਨਹੀਂ ਰੱਖਦੇ ਸਾਰਾ ਲੋਕਾਂ ਦੇ ਲਾਉਂਦੇ ਉਹ ਤਾਂ ਜੀ ਕੁਸ਼ੀ ਮੈਂ ਵੀ ਕਹਿ ਦੂੰਗਾ ਜੇ ਮੇਰੀ ਜੇਬ ਭਰੀ ਹੋਵੇ ਮੈਂ ਕਹਿ ਦੂੰਗਾ ਲੋਕਾਂ ਨੂੰ ਮੈਂ ਸਾਰਾ ਕੁਝ ਹੀ ਦੇਤਾ ਜਦੋਂ ਜੇ ਆਹੋ ਗੱਲ ਮੁੱਕੀ ਉਹਨਾਂ ਦੀ ਪੂਕਦੀ ਐ ਅੱਛਾ ਹੈ ਪਹਿਲਾਂ ਸਾਨੂੰ ਕਦੇ ਧਰਮਾਂ ਦੇ ਨਾਂ ਤੇ ਵੰਡ ਲਿਆ ਕਦੇ ਪਾਣੀ ਨੂੰ ਹੁਣ ਲੋਕ ਆ سوشل মিডিਆ ਤੇ ਲੋਕ ਬੱਚੇ ਪੜ੍ਹ ਲਿਖ ਗਏ ਇਹਨਾਂ ਨੂੰ ਜਾਣੂ ਹੁੰਦਾ ਸਾਰਾ ਕੁਝ ਪਤਾ ਲੱਗਦਾ ਸਾਨੂੰ ਤਾਂ ਐਂ ਕਹਿੰਦੇ ਛੋਟੀ ਨਹਿਰ ਲੈ ਕੇ ਉਧਰ ਵੱਢ ਗਏ ਯਾਰ ਅਸੀਂ ਐਂ ਬੋਟਾ ਇੱਕ ਕਰਾ ਬੁੜੇ ਪਾਈ ਜਾਂਦੇ ਜਾਂ ਆਪਣੀ ਤਾਂ ਨਹਿਰ ਲੈ ਕੇ ਖਾਣੀ ਉਧਰ ਪਾਣੀ ਜੇਬ ਚ ਪਾ ਕੇ ਲੈ ਕੇ ਹੋ ਕਿਸੇ ਪਾਸੇ ਅੱਛਾ ਹੈ ਪਹਿਲਾਂ ਅਸੀਂ ਹਿੱਡਾ ਬਹੁਤ ਕਰ ਲਿਆ ਨਾ ਦੋਨੇ ਪਾਰਟੀਆਂ ਨੇ ਤੇ ਹੁਣ ਚਲੋ ਜੋ ਮਹਾਰਾਜ ਇਹਨਾਂ ਦੇ ਰੱਖੇ ਉਹ ਖੈਰ ਤੇ ਉਹ ਕਰਨ ਤੇ ਬਾਈ ਜੀ ਇੱਕ ਤੁਰੇ ਜਾਂਦੇ ਬਾਈ ਜੀ ਨਾਲ ਗੱਲ ਕਰ ਰਹੇ ਬਾਈ ਜੀ ਕੀ ਨਾਮ ਹੈ ਹਰਦੀਪ ਜੀ ਹਰਦੀਪ ਜੀ ਵਿਧਾਨ ਸਭਾ ਦੀਆਂ ਚੋਣਾਂ ਆ ਕੀ ਲੱਗਦਾ ਵਿਕਾਸ ਹੋਇਆ ਸੀ ਪਿੰਡ 'ਚ ਵੀ ਹੁਣ ਇਸ ਵਾਰ ਕੀ ਕਰਨ ਹੈ ਜੀ ਹਾਂ ਜੀ ਵਿਕਾਸ ਹੋਇਆ ਪਿੰਡ 'ਚ ਹਾਂ ਦੱਸ ਦੇਣਗੇ ਬਜ਼ੁਰਗ ਬੈਠੇ ਨੇ ਸਾਰੇ ਤੁਸੀਂ ਨਹੀਂ ਰਹਿੰਦੇ ਪਿੰਡ 'ਚ ਰਹਿੰਦੇ ਆ ਸੀ ਤੁਸੀਂ ਫਿਰ ਕੀ ਲੱਗਦਾ ਹੈ ਕੀ ਹੁਣ ਕੀ ਦੇਸੀਏ ਕਿਹੜੀ ਸਰਕਾਰ ਆਊ ਇਸ ਵਾਰ ਮੈਨੂੰ ਤਾਂ ਪਤਾ ਨਹੀਂ ਕਿਹੜੀ ਆਊਗੀ ਹੈ ਅੱਛਾ ਬਾਬਾ ਜੀ ਤੁਸੀਂ ਦੱਸੋ ਤੁਹਾਡਾ ਕੀ ਕਹਿਣਾ ਹੈ ਪਾਟਾ ਤਾਂ ਅਹੀ ਕਹਿੰਦੇ ਜੀ ਬਦਲਾ ਲੈਣਾ ਸੀ ਤਾਂ ਅੱਛਾ ਬਦਲਾ ਲੈ ਕੇ ਆਉਣਾ ਹਾਂ ਹਾਂ ਕਿਵੇਂ ਆਊਗਾ ਬਦਲਾ ਕਿਵੇਂ ਆਊਗਾ ਬਦਲਾ ਸੀ ਵੋਟਾਂ ਪਾਵਾਂਗੇ ਫੇਰ ਹੀ ਬਦਲਾ ਆਊਗਾ ਅੱਛਾ ਵੋਟਾਂ ਪਾ ਕੇ ਬਦਲਾ ਲੈ ਕੇ ਆਉਣਾ ਬਾਈ ਜੀ ਕੋਲ ਵੀ ਚੱਲਦੇ ਆ ਆ ਬਾਬੇ ਤਾਂ ਕਹਿੰਦੇ ਵੀ ਅਸੀਂ ਬਦਲਾ ਲੈ ਕੇ ਆਉਣਾ ਤੁਸੀਂ ਦੱਸੋ ਕੀ ਕਰਨਾ ਹੈ ਇਸ ਵਾਰ ਇਹੀ ਅਸੀਂ ਕਹਿੰਦੇ ਹਾਂ ਜੀ ਹੈ ਜੀ ਇਹੀ ਅਸੀਂ ਕਹਿੰਦੇ ਆ ਸਾਰਾ ਪਿੰਡ ਹੀ ਮੱਥੀ ਬੈਠਾ ਹੈ ਹਾਂ ਜੀ ਕਿੰਨੀ ਵੋਟ ਹੈ ਪਿੰਡ ਦੀ ਪਿੰਡ ਦੀ ਹੂਗੀ ਜੀ ਹਜ਼ਾਰ ਨੂੰ ਹਜ਼ਾਰ ਨੂੰ ਹਜ਼ਾਰ ਵੋਟ ਹੈ ਹਾਂ ਜੀ ਤੇ ਫੇਰ ਹੋਰ ਪਾਰਟੀਆਂ ਦੇ ਪ੍ਰੋਸਾ ਨਹੀਂ ਇਨਾ ਹੈ ਨਹੀਂ ਜੀ ਕਿਉਂ ਕਿਵੇਂ ਉੱਠ ਗਿਆ ਇਹਨਾਂ ਪਰੋ ਸਾਇਕੇਦਮ ਇਹ ਕਿਉਂ ਜਾਈ ਹੋ ਗਈ ਹੈ ਇਹ ਪਹਿਲਾਂ ਤੂੰ ਬਦਲ ਗਏ ਨਿੱਤਾਂ ਇਹਨਾਂ ਦੇ ਅੱਛਾ ਹਾਂਜੀ ਅੱਛਾ ਬਹੁਤ ਕਿਰਪਾ ਉੱਥੇ ਨੌਜਵਾਨ ਖੜੇ ਨੇ ਚਲਦੇ ਆ ਉਹਨਾਂ ਕੋਲੇ ਕਿਉਂਕਿ ਜਾਣਣਾ ਇਹ ਜ਼ਰੂਰੀ ਹੈ ਵੀ ਨੌਜਵਾਨ ਕੀ ਸੋਚਦੇ ਨੇ ਨੌਜਵਾਨਾਂ ਦੀ ਸੋਚ ਕੀ ਹੈ ਕਿਉਂਕਿ ਬਜ਼ੁਰਗਾਂ ਨੇ ਤਾਂ ਦੱਸਤਾ ਵੀ ਬਜ਼ੁਰਗਾਂ ਬਜ਼ੁਰਗ ਕੀ ਚਾਹੁੰਦੇ ਨੇ ਹੁਣ ਨੌਜਵਾਨਾਂ ਨੂੰ ਪੁੱਛ ਲੈਣੇ ਆ ਵੀ ਤੁਸੀਂ ਦੱਸੋ ਪਹਿਲਾਂ ਵੀ ਉਹ ਬਾਬੇ ਤਾਂ ਕਹਿੰਦੇ ਸਾਰੇ ਬਦਲਾ ਲੈ ਕੇ ਆਉਣਾ ਤੁਸੀਂ ਦੱਸੋ ਅਸੀਂ ਵੀ ਬਦਲਾ ਹੀ ਲੈ ਕੇ ਆਉਣਾ ਜੀ ਹੈ ਬਦਲਾ ਲੈ ਕੇ ਆਉਣਾ ਜੀ ਕਿਉਂ ਲੱਗਦਾ ਵੀ ਇਸ ਵਾਰ ਬਦਲਾ ਲੈਣਾ ਚਾਹੀਦਾ ਕਿਉਂਕਿ ਇਹਨਾਂ ਨੇ ਨੌਕਰੀਆਂ ਦਿੱਤੀਆਂ ਨਹੀਂ ਆਪਾਂ ਨੂੰ ਜੀ ਅਸੀਂ ਵੀ ਫੌਜ ਦੀ ਭਰਤੀ ਦੇਖ ਕੇ ਆਏ ਜੀ ਨਾ ਕੋਈ ਉਹਦਾ ਪੇਪਰ ਹੋਇਆ ਮੁੜ ਕੇ ਜੀ ਪੁਲਿਸ ਦੀ ਵੀ ਦੇਖ ਕੇ ਆ ਉਹ ਚ ਵੀ ਪੈਸਾ ਚੱਲਿਆ ਜੀ ਅੱਛਾ ਪੈਸਾ ਚੱਲਿਆ ਉਹ ਚ ਹਾਂ ਜੀ ਤੇ ਬਾਈ ਜੀ ਤੁਸੀਂ ਦੱਸੋ ਵੀ ਇਸ ਵਾਰ ਕਿਹੜੀ ਪਾਰਟੀ ਪੰਜਾਬ ਚ ਸਰਕਾਰ ਬਣਾਏ ਮੇਰੇ ਸਾਬਨਾ ਤਾਂ ਆਮ ਆਦਮੀ ਪਾਰਟੀ ਨੂੰ ਪਹਿਲ ਦੇਣੀ ਚਾਹੀਦੀ ਹੈ ਜੀ ਕਿਉਂਕਿ ਹਰੇਕ ਸਾਲ ਸਰਕਾਰ ਦੇ ਦੇਖ ਲੇ 5-5 ਸਾਲ ਕਿਸੇ ਨੇ ਕੁਝ ਨਹੀਂ ਕਰਿਆ ਜੀ ਇੱਥੇ 5 ਸਾਲ ਐਮਐਲਏ ਰਹੇ ਦਿਲਰਾਜ ਭੁੰਤੜ ਆਏ ਨਹੀਂ ਕਦੀ ਨਹੀਂ ਮੈਨੂੰ ਨਹੀਂ ਲੱਗਦਾ ਕਦੇ ਪਿੰਡ ਚਾਹੇ ਹੋ ਕਿਉਂਕਿ ਕਦੇ ਨਹੀਂ ਪਿੰਡ ਚ ਅਨਾਉਂਸਮੈਂਟ ਕੀਤੀ ਵਜ ਦਰਾਜ ਸਿੰਘ ਜੀ ਪਾਊਗਾ ਜੀ ਜੇ ਕੋਈ ਵੋਟ ਪਾਊਗਾ ਅੱਛਾ ਠੀਕ ਆ ਕਿ ਨਹੀਂ ਜਦੋਂ ਕੋਈ ਕੰਮ ਹੀ ਨਹੀਂ ਕਰਿਆ ਮੇਰੀ ਨਾਲੀ ਆ ਅੱਛਾ ਜਦੋਂ ਮੇਰੇ ਬਾੜ ਚ ਬਣਾਤੀ ਇਦਰੋਂ ਪਾਣੀ ਇਹਦੇ ਚ ਡੁੱਲੀ ਜਾਂਦਾ ਅੱਛਾ ਠੀਕ ਆ ਕਿ ਨਹੀਂ ਤੀਜੇ ਦਿਨ ਆ ਕੇ ਕਹਿੰਦੇ ਸੁੱਡੀਆਂ ਖਾਲੀਆਂ ਨਾਲੀਆਂ ਬਣਾਵੇ ਖਾਲੀਆਂ ਨਾਲੀਆਂ ਚ ਕੋਈ ਕੰਮ ਹੋਰ ਵੀ ਚਾਹੀਦਾ ਸਾਡੇ ਇੱਕ ਮਜਬੂਤ ਸਿੱਖਾਂ ਦਾ ਮੁੰਡਾ ਫੌਜ ਚ ਜਾਣਾ ਸੀ ਮੇਰੇ ਗੱਲ ਸੁਣ ਲੈ ਕਾ ਹਾ ਜ਼ਿੰਮੇਦਾਰਾਂ ਦਾ ਠੀਕ ਆ ਤੇ ਦੋਨੇ ਬੰਦਿਆਂ ਦੇ ਪੇਪਰ ਰਹਿ ਗਏ ਅੱਛਾ ਠੀਕ ਆ ਕਿ ਨਹੀਂ ਜਦੋਂ ਸਰਕਾਰਾਂ ਪੇਪਰ ਹੀ ਨਹੀਂ ਕਢਾਉਂਦੀਆਂ ਸਰਕਾਰਾਂ ਫਿਰ ਅਸੀਂ ਨਾਲੀਆਂ ਚੱਟਣੀਆਂ ਅਸੀਂ ਤਾਂ ਸਰਕਾਰ ਕਹਿੰਦੀ ਨੌਕਰੀਆਂ ਦਿੱਤੀਆਂ ਤੁਸੀਂ ਦੱਸੋ ਸਾਡੇ ਸਾਡੇ ਪਿੰਡ ਦਾ ਕਿਸੇ ਮੁੰਡੇ ਨੂੰ ਦਿੱਤੀ ਨਹੀਂ ਸਾਡੇ ਮੁੰਡਾ ਸਾਡੇ ਪਿੰਡ ਦਾ ਦਿੱਤੀ ਨਹੀਂ ਬਾਹਰ ਜਾਣਾ ਜੀ ਲੈਟਸ ਕਰਕੇ ਜੀ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਤੁਸੀਂ ਵੀ ਬਾਹਰ ਜਾਣ ਦੀ ਇੱਛਾ ਸਾਡੇ ਵੀ ਬੈਣ ਆ ਰਿਹਾ ਸੀ ਬਾਹਰ ਹੀ ਜਾਣਾ ਜੀ ਇੱਥੇ ਕੁਝ ਨਹੀਂ ਰੱਖਿਆ ਜੀ 25 ਸਾਲ ਹੋ ਗਏ ਵਧੀਆ ਨਹੀਂ ਲੱਗਦਾ ਲੱਗਦਾ ਵਧੀਆ ਜੀ ਬੇਸਤਾ ਬਹੁਤ ਘੈਂਟ ਹੈ ਜੀ ਪਰ ਸਰਕਾਰ ਜੀ ਕੋਈ ਨੌਕਰੀ ਦੇਵੇ ਫੇਰ ਹੀ ਫਾਇਦਾ ਜੀ ਇੱਥੇ ਰਹਿ ਦਾ ਸਾਰੇ ਜਣੇ ਕੋਈ ਬੇਰੁਜ਼ਗਾਰੀ ਤੁਸੀਂ ਤੁਸੀਂ ਦੱਸੋ ਕੀ ਕਹਣਾ ਮੈਨੂੰ ਲੱਗ ਰਹੀ ਹਟਾਤਾ ਜੀ ਵਧੀਆ ਪੰਜਾਬ ਤਾਂ ਕਿਉਂ ਹੋਰੀ ਐਨਾ ਜਲੂਸ ਕੱਢਤਾ ਨਸ਼ਾ ਮੁਆਮਲ ਕਰਤਾ ਮਾਨਸਤੂ ਵੀ ਬਸ ਸਾਡੇ ਚ ਵਗ ਜਾਈ ਮੰਡੀ ਟ ਕੀ ਚਾਹੁੰਦੇ ਕੀ ਆ ਅਸਲ ਵਿੱਚ ਪੰਜਾਬ ਦੇ ਨੌਜਵਾਨ ਕੀ ਕਿਉਂਕਿ ਭਵਿੱਖ ਆਉਣ ਵਾਲਾ ਤੇ ਨੌਜਵਾਨ ਕੀ ਚਾਹੁੰਦੇ ਪੰਜਾਬ ਦੇ ਨੌਜਵਾਨ ਬਦਲਾਵ ਚਾਹੁੰਦੇ ਆਈ ਹੈ ਨਹੀਂ ਬਦਲਾਵ ਕੀ ਚਾਹੀਦਾ ਪੰਜਾਬ ਦੇ ਨੌਜਵਾਨਾਂ ਨੂੰ ਕੀ ਚਾਹੀਦਾ ਅਸਲ ਵਿੱਚ ਜੇ ਸਰਕਾਰ ਤੱਕ ਆਪਾਂ ਮੰਗ ਰੱਖੀਏ ਤਾਂ ਕੀ ਚਾਹੀਦਾ ਜਿਹੜਾ ਅਸਲ ਵਿੱਚ ਲੋੜਾ ਹੁੰਦੀ ਹੈ ਮਿਹਨਤਈ ਨੌਕਰੀ ਨੇ ਅੱਛਾ ਨੌਕਰੀਆਂ ਰੋਜ਼ਗਾਰ ਮਿਲ ਜਾਈ ਆ ਉਹਦਾ ਬੰਦਾ ਕੈਰੀਅਰ ਬਣਾ ਦੂ ਯੂਰ ਨਹੀਂ ਹੋਰ ਤਾਂ ਕੁਝ ਨਹੀਂ ਇੰਨੇ ਦੁਖੀ ਹੋ ਗਏ ਹੁਣ ਅੱਜ ਦੁਖੀ ਹੋ ਕੇ ਦੱਸ ਰਹੇ ਹਾਂ ਫਿਰ ਸਰਕਾਰਾਂ ਤੇ ਭਰੋਸਾ ਕਿਵੇਂ ਕੀਤਾ ਜਾਵੇ ਤੁਸੀਂ ਕਹਿੰਦੇ ਹੋ ਬਦਲਾ ਲੈ ਕੇ ਆਉਣਾ ਹੈ ਉਹ ਬਦਲਾ ਵਾਲੀ ਪਾਰਟੀ ਤੇ ਕਿਵੇਂ ਭਰੋਸਾ ਹੋ ਬਦਲ ਕੇ ਦੇਖਣੀ ਹੈ ਹੁਣ ਕਿਹਰਾ ਆਮ ਆਦਮੀ ਪਾਰਟੀ ਦੇਖਣੀ ਆ ਕਿਉਂ ਪਹਿਲੀ ਵਾਰ ਆਈ ਆਈ ਪਹਿਲੀ ਵਾਰ ਜੇ ਉਹਨਾਂ ਨੂੰ ਮੌਕਾ ਦੇਵਾਂਗੇ ਜੇ ਕੋਈ ਕਰਨਗੇ ਤਾਂ ਠੀਕ ਆਈ ਨਹੀਂ ਬਦਲਾ ਹਬ ਤਾਂ ਅੱਗੇ ਵੀ ਪਹਿਲਾਂ ਕਦੇ ਉਹ ਆ ਜਾਂਦੀ ਸੀ ਕਦੇ ਉਹ ਆ ਜਾਂਦੀ ਸੀ ਕੋਈ ਲੱਗਦਾ ਨਹੀਂ ਬਦਲਾ ਵੀ ਅੱਛਾ ਭਾਈ ਜੀ ਦਿੱਕਤਾਂ ਕੀ ਕੀ ਨੇ ਤੁਸੀਂ ਦੱਸੋ ਤੁਹਾਨੂੰ ਮੈਨੂੰ ਲੱਗਦਾ ਜਾਣਕਾਰੀ ਵੱਧ ਹੈ ਪਿੰਡ 'ਚ ਤੁਸੀਂ ਦਿੱਕਤਾਂ ਦੱਸੋ ਮੈਨੂੰ ਜਾਣਕਾਰੀ ਘੱਟ ਹੈ ਜੀ ਜਿਹੜੇ ਪੜ੍ਹੇ ਲਿ ਹਾਂਜੀ ਭਾਈ ਭਾਈ ਜੀ ਦੱਸਣਗੇ ਭਾਈ ਜੀ ਕਿਵੇਂ ਦੱਸੋ ਜੀ ਕਿਤੇ ਜਾਨ ਨੇ ਕਿਤੇ ਦਫ਼ਤਰ ਚ ਬਰੇ ਜਾਂ ਕਿਤੇ ਵੀ ਜਾਣੇ ਆਪਾਂ ਹਨਾ ਉੱਥੇ ਪੈਸੇ ਦੇ ਬਿਨਾ ਕਿਸੇ ਬੰਦੇ ਦਾ ਇੰਨੇ ਬੰਦੇ ਖੜੇ ਕੋਈ ਕਹਿੰਦੇ ਮੇਰਾ ਕੰਮ ਹੁੰਦਾ ਯਾਰ ਕੌਣ ਲੈਂਦਾ ਪੈਸੇ ਕੌਣ ਲੈਂਦਾ ਫਿਰ ਮੁਲਾਜ਼ਮ ਲੈਂਦੇ ਯਾਰ ਜਿਹੜਾ ਕੋਈ ਆਪਦੇ ਮਹਿਕਮੇ ਚ ਛੋਟੇ ਤੋਂ ਲੈ ਕੇ ਜਾਂ ਸਿਰ ਜੇ ਜਾਂ ਆਪਾਂ ਡੀਸੀ ਤੇ ਵੀ ਜਾਣਾ ਜੇ ਮੁਰੇ ਕੋਈ ਦਸਤਪਾਸੀ ਖੜਾ ਉਹ ਵੀ ਕਹਿੰਦਾ ਮੈਨੂੰ ਪਹਿਲਾਂ ਜ਼ਾਹਰ ਭੇਜ ਦਿਓ ਫਿਰ ਮੈਂ ਕਹਾਂ ਦੱਸੂਗਾ ਵੀ ਬੈਠਾ ਕਹੇ ਨਹੀਂ ਗਾ ਜੇ ਨਹੀਂ ਉਹ ਵੀ ਨਹੀਂ ਦੱਸਦਾ ਦੱਸੋ ਤੇ ਹੋਰ ਨੂੰ ਤਾਂ ਆਪਾਂ ਕਹਾਂ ਕਿਸੇ ਨੂੰ ਕੀ ਯਾਰ ਅਸਲ ਵਿੱਚ ਤੁਸੀਂ ਪਿੰਡ 'ਚ ਰਹਿੰਦੇ ਹੋ ਲੋੜਾਂ ਕੀ ਨੇ ਪਿੰਡ ਦੇ ਲੋਕਾਂ ਦੀਆਂ ਜਿਹੜੀਆਂ ਅਸਲ ਲੋੜਾਂ ਨੇ ਜਿਹੜੀਆਂ ਸਰਕਾਰ ਦਿੰਦੀਆਂ ਨਹੀਂ ਕਦੇ ਲੋੜਾਂ ਤਾਂ ਲੋਕ ਬੇਰਜ਼ਗਾਰੀ ਆ ਆਜ਼ਾਦੀ ਤਾਂ ਇਹ ਕਹਿੰਦੇ ਆ ਨਾ ਹੈ ਵੀ ਸਾਨੂੰ ਰੋਜ਼ਗਾਰ ਮਿਲੇ ਹਨ ਹੂੰ ਹੂੰ ਅਨੁਸੂਲਤਾ ਹੋਰ ਸਹੂਲਤਾ ਮਿਲਣੀ ਜਿਵੇਂ ਡੀਜ਼ਲ ਹਸਤਾ ਮਿਲੇ ਲਾਈਟ ਸਸਤੀ ਮਿਲੇ ਹਨਾ ਮਹਿੰਗਾਈ ਘਟੇ ਆਹੀ ਲੋੜਾਂ ਨੇ ਜੀ ਆਮ ਬੰਦੇ ਦੀ ਅੱਛਾ ਬਾਈ ਜੀ ਹੋਰ ਵੀ ਨੇ ਸਾਡੇ ਨਾਲ ਇੱਥੇ ਮੈਂ ਲੱਗਾ ਦੁੱਧ ਪਾਉਣ ਆਉਣੇ ਬਾਈ ਤੁਸੀਂ ਫਿਰ ਦੁੱਧ ਪਾਉਣ ਆਉਣੇ ਇੱਥੇ ਪਿੰਡ 'ਚ ਹਾਂਜੀ ਬਈ ਸੱਚੀ ਗਾ ਬਾਈ ਅੱਛਾ ਤੁਸੀਂ ਦੱਸੋ ਵੀ ਪਿੰਡ 'ਚ ਆਉਂਦੇ ਹੋ ਤੁਸੀਂ ਕਿੰਨਾ ਕੁ ਵਿਕਾਸ ਹੋਇਆ ਵਿਕਾਸ ਬਸ ਤੁਸੀਂ ਦੇਖੀ ਜਾਨੇ ਵਿਕਾਸ 70 ਸਾਰਾ ਕੋਈ ਨਹੀਂ ਤੁਸੀਂ ਤਾਂ ਸੜਕਾਂ ਤੋਂ ਹੀ ਲੰਘਦੇ ਹੋ ਬਹੁਤ ਬੁਰਾ ਹਾਲਾ ਮੋਟਰਸਾਈਕਲ ਦਾ ਦੇਖ ਲਓ ਬੁਰਾ ਹਾਲ ਹੀ ਕੋਈ ਵਿਕਾਸ ਨਹੀਂ ਪਿੰਡ 'ਚ ਅੱਜ ਤੱਕ ਆਪਣਾ ਕਿਹੜਾ ਪਿੰਡ ਹੈ ਆਪਣਾ ਪਿੰਡ ਤਲਵੰਡਿਆ ਗਲਿਆ ਜੀ ਅੱਛਾ ਇੱਥੇ ਲੋਕਲੀ ਆ ਇਹ ਲੋਕਲੀ ਆ ਜੀ ਅੱਛਾ ਕੀ ਲੱਗਦਾ ਐਸ ਵਾਰ ਕੀ ਕਿਹੜੀ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਇਸ ਵਾਰ ਬਦਲਾ ਚਾਹੀਦਾ ਜ ਕਿਉਂ ਲੱਗਦਾ ਵੀ ਬਦਲਾਅ ਲੈ ਕੇ ਆਉਗੀ ਆਮ ਆਦਮੀ ਪਾਰਟੀ ਬਦਲਾਅ ਹੁਣ 70 ਸਾਲ ਹੋ ਗਏ ਨੇ ਲੁੱਟੀਆਂ ਜਾਂਦੇ ਨੂੰ ਜੀ ਅੱਛਾ ਕਾਲੀਆਂ ਦੇ ਕਾਂਗਰਸ ਨੂੰ ਬਾਹਰ ਹੀ ਬੰਨ ਰੱਖੀ ਇਹਨਾਂ ਨੇ ਹਮ ਇੱਕ ਵਾਰੀ ਉਹ ਆ ਜਾਂਦਾ ਇੱਕ ਵਾਰੀ ਉਹ ਆ ਜਾਂਦਾ ਅੱਛਾ ਤੀਜੀ ਤਰ ਚਾਹੀਦੀ ਹੈ ਸਿਹਤ ਸਹੂਲਤ ਸਿੱਖਿਆ ਚਾਹੀਦੀ ਹੈ ਕਿਉਂਕਿ ਬੇਰੋਜ਼ਗਾਰੀ ਬਧੀ ਖੜੀ ਹੈ ਕਿਉਂਕਿ ਗਰੀਬ ਗੁਰਬਾ ਤਾਂ ਪੜ੍ਹਾਈ ਨਹੀਂ ਸਕਦਾ ਬੱਚਿਆਂ ਨੂੰ ਅੱਛਾ ਸਰਕਾਰਾਂ ਤੇ ਭਰੋਸਾ ਕਿਉਂ ਉੱਠਦਾ ਜਾਂਦਾ ਰਹੇ ਕਿਉਂਕਿ ਲੋਕਾਂ ਦਾ ਲੋਕਤੰਤਰ ਹੈ ਹੁਣ ਤੁਸੀਂ ਸਰਕਾਰ ਚੁਣਨੀ ਆ ਤਾਂ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਜੇ ਆਉਂਦੀ ਹੈ ਤਾਂ ਕੀ ਕੀ ਕਰ ਸਕਦੀ ਹੈ ਵਾਦੇ ਪੂਰੇ ਵਾਦੇ ਤਾਂ ਦੇਖੋ ਦਿੱਲੀ ਚ ਸਹੂਲਤਾਂ ਨੇ ਦਿੱਲੀ ਚ ਸਿਹਤ ਦੇਖ ਲਓ ਸਿੱਖਿਆ ਦੇਖ ਲਓ ਕਿਉਂਕਿ ਅੱਜ ਕੱਲ ਹਰੇਕ ਪਾਰਟੀ ਆਪਣੇ ਆਪ ਨੂੰ ਉਹ ਕਰੀ ਜਾਂਦੀ ਹੈ ਆਪਣੇ ਘਰਾਂ ਨੂੰ ਭਰੀ ਜਾਂਦੀ ਹੈ ਕੋਈ ਨਹੀਂ ਅੱਜ ਕੱਲ ਕਿਸੇ ਦੀ ਸੁਣਵਾਈ ਹੁੰਦੀ ਕਾਂਗਰਸ ਕਹਿੰਦੀ ਹੈ ਵੀ ਅਸੀਂ ਬਹੁਤ ਵਿਕਾਸ ਕੀਤਾ ਪਿੰਡਾਂ ਚ ਹੋਇਆ ਇੱਥੇ ਕੋਈ ਨਹੀਂ ਵਿਕਾਸ ਹੋਇਆ ਸਮਾਰਟ ਸਕੂਲ ਪਿੰਡਾਂ ਚ ਨਾ ਨਾ ਕੁਝ ਵੀ ਨਹੀਂ ਢੱਕਾ ਡਾਲ ਹੋਇਆ ਹੈ ਸਮਾਰਟ ਸਕੂਲ ਤਾਂ ਬਣੇ ਹੋਣੇ ਨਾ ਨਾ ਕੁਝ ਵੀ ਨਹੀਂ ਮਾ ਰੰਗ ਕਰਿਆ ਕਲਾਈ ਰੰਗ ਨਾ ਥੋੜੇ ਸਮਾਰਟ ਮਾਸਟਰ ਤਾਂ ਕੋਈ ਹੈ ਨਹੀਂ ਜੀ ਅੱਛਾ ਮੰਨ ਕੇ ਚਲੋ ਕਰੋਨਾ ਇਹਨਾਂ ਤੇ ਬੇਰੋਜ਼ਗਾਰੀ ਬਧੀ ਖੜੀ ਹੈ ਬੱਚੇ ਘਰੇ ਆ ਬੱਚੇ ਤਾਂ ਪੜਨ ਪੜਨੀ ਭੁੱਲ ਗਏ ਕੁਝ ਵੀ ਨਹੀਂ ਅੱਜ ਤੱਕ ਹੋਇਆ ਬੱਚਿਆਂ ਨੂੰ ਜਿਹੜੇ ਪੜਦੇ ਸੀ ਉਹ ਵੀ ਭੁੱਲ ਗਏ ਆ ਲਓ ਵੀ ਦੋਸਤੋ ਤੁਸੀਂ ਵੀ ਸੁਣ ਲਿਆ ਇਹ ਅਸਲ ਜ਼ਮੀਨੀ ਹਕੀਕਤ ਹੈ ਸਰਦੂਲਗੜ ਹਲਕੇ ਦੀ ਸਰਦੂਲਗੜ ਹਲਕੇ ਦੇ ਪਿੰਡ ਤਲਵੰਡੀ ਅਕਲੀਆ ਦੇ ਲੋਕ ਨੇ ਬਜ਼ੁਰਗ ਵੀ ਸੀ ਨੌਜਵਾਨ ਵੀ ਸੀ ਇਹ ਬਾਈ ਇੱਥੋਂ ਗੁజర్ ਰਹੇ ਸੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਵੀ ਲੋਕ ਚਾਹੁੰਦੇ ਕੀ ਨੇ ਲੋਕਾਂ ਦਾ ਹੁਣ ਤੱਕ ਹੋਇਆ ਕੀ ਐ ਆਉਣ ਵਾਲਾ ਸਮਾਂ ਦੱਸੋ ਵੀ ਵਿਕਾਸ ਕੌਣ ਕਰੂਗਾ ਇਹ ਪਿੰਡ ਸਰਦੂਲਗੜ ਹਲਕੇ ਦੇ ਜੋ ਹਲੇ ਤੱਕ ਪਛੜੇ ਪਏ ਨੇ ਇਹਨਾਂ ਦਾ ਵਿਕਾਸ ਕਦੋਂ ਹੁੰਦਾ ਤੇ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਇਹਨਾਂ ਦਾ ਵਿਕਾਸ ਕਰਦੀ ਹੈ ਲੋਕਾਂ ਦਾ ਜੋ ਪਿਆਰ ਜਿਸ ਪਾਰਟੀ ਨਾਲ ਹੈ ਉਹ 20 ਤਰੀਕ ਨੂੰ ਪਤਾ ਲੱਗ ਜਾਣਾ ਤੇ ਨਤੀਜੇ ਆ ਕੇ ਦੱਸ ਦੇਣਗੇ ਵੀ ਪੰਜਾਬ ਦੀ ਸਰਕਾਰ ਕਿਹੜੀ ਪਾਰਟੀ ਦੇ ਹੱਥਾਂ ਉਂਦੀ ਹੈ ਕੈਮਰਾਮੈਨ ਸੋਨੂ ਦੇ ਨਾਲ ਪਰਮ ਦੀ ਪ੍ਰਾਣਾ ਫੁੱਲ ਆਫ ਪੋਜ਼ਿਟਿਵਿਟੀ ਸਰਦੂਲਗੜ੍ਹ